ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਕੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਈ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਾ जग ਮੈਂ ਜਾਣਿਆ ਫੁਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭ ਆਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹੋ ਅਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਹਾਗ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾਬ ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਿੱਤਰ ਸ਼ਲੋਕ ਪਵਿੱਤਰ ਬਾਣੀ ਬਾਬਾ ਫਰੀਦ ਜੀ ਤੇ ਪੰਚਮ ਪਾਤਸ਼ਾਹ ਜਿਹੜਾ ਸਲੋਕ ਮੱਲਾ ਪੰਜਵਾ ਬਾਬਾ ਫਰੀਦ ਜੀ ਦੀ ਬਾਣੀ ਨੂੰ ਥੋੜਾ ਜਿਹਾ ਹੋਰ ਖੋਲਣਾ ਤਾਂ ਕਿ ਕੋਈ ਸੰਗਤਾਂ ਦੇ ਵਿੱਚ ਗਲਤਫਹਿਮੀ ਨਾ ਹੋ ਜਾਏ ਪੜਨ ਵਾਲਿਆਂ ਚ ਕੋਈ ਗਲਤਫਹਿਮੀ ਨਾ ਹੋ ਜਾਏ 81 ਨੰਬਰ ਸਲੋਕ ਹੈ 81 82 ਨੰਬਰ ਜੋ 1300 ਵਿਆਸੀ ਦੇ ਉੱਤੇ ਦਰਜ ਹੈ। ਬਾਬਾ ਫਰੀਦ ਜੀ ਦਾ ਸ਼ਲੋਕ 81 ਨੰਬਰ ਹੈ। ਗੁਰੂ ਅਰਜਨ ਦੇ ਪਾਸ਼ਾ ਮੱਲਾ 5ਵਾਂ 82 ਨੰਬਰ ਹੈ। ਹੁਣ ਬਾਬਾ ਫਰੀਦ ਜੀ ਸਾਡੇ ਜੀਵਾਂ ਦੇ ਕਲਿਆਣ ਵਾਸਤੇ ਸਮਝਾਉਣ ਵਾਸਤੇ ਆਪਣੇ ਤੇ ਲੈ ਕੇ ਬਾਣੀ ਫਰੀਦਾ ਮੈਂ ਮੈਂ ਜਾਣਿਆ। ਕਹਿੰਦੇ ਮੈਂ ਇਹੀ ਸਮਝਦਾ ਰਿਹਾ ਕਿ ਮੇਰੇ ਤੋਂ ਵੱਡਾ ਦੁੱਖ ਕਿਸੇ ਦਾ ਵੀ ਨਹੀਂ। ਦੁੱਖ ਮੁੱਜ ਕੋ ਕਿ ਸਾਰੇ ਸੰਸਾਰ ਦੇ ਦੁੱਖ ਮੈਂ ਸਮਝਿਆ ਫਰੀਦਾ ਤੇਰੇ ਕੋਲ ਆ ਕੇ ਡੇਰਾ ਲਾ ਲਿਆ ਹੈ ਪਰ ਮੈਂ ਥੋੜਾ ਜਿਹਾ ਵਿਚਾਰ ਕੀਤੀ ਮੈਂ ਕਿਸੇ ਹੋਰ ਪੈਣ ਪਰ ਆ ਰਿਸ਼ਤੇਦਾਰ ਨਾਲ ਆਂਡ ਗੌਂਡ ਗੱਲ ਕਰਕੇ ਜਦੋਂ ਦੇਖਿਆ ਮੈਂ ਹੈਰਾਨ ਰਹਿ ਗਿਆ ਉੱਚੇ ਚੜ ਕੇ ਦੇਖਿਆ ਭਾਵੇਂ ਮੈਂ ਮਨ ਅੰਦਰ ਵਿਚਾਰ ਕੀਤੀ ਤੇ ਵਿਚਾਰ ਸਾਂਝੇ ਕੀਤੇ ਤੇ ਮੈਂ ਵੇਖਿਆ ਫਰੀਦਾ ਤੀਰਾ ਤੇ ਦੁੱਖ ਕੋਈ ਨਹੀਂ ਇਥੇ ਅੱਗ ਘਰ ਘਰ ਕਰ ਲੱਗੀ ਹੋਈ ਹੈ ਜਿੰਨੂੰ ਪੁੱਛੋ ਉਹ ਕਹਿੰਦੇ ਫਰੀਦਾ ਤੂੰ ਚੁੱਪ ਕਰ ਜਾ ਪਹਿਲਾਂ ਸਾਡਾ ਦੁੱਖ ਸੁਣ ਲੈ ਬੋਲੋ ਵਾਹਿਗੁਰੂ ਇਹਦਾ ਭਾਵ ਹੈ ਕਿ ਘਰ ਘਰ ਦੇ ਵਿੱਚ ਸੰਸਾਰ ਦੁਖੀ ਹਾਂ ਕਿਸੇ ਨੂੰ ਕਿਸੇ ਕਿਸਮ ਦਾ ਦੁਖੀ ਹੈ ਕੋਈ ਕਿਸੇ ਕਿਸਮ ਦਾ ਦੁਖੀ ਹੈ ਪਰ ਦੁੱਖ ਜ਼ਰੂਰ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਕੀ ਕਹਿੰਦੇ ਫਰੀਦਾ ਭੂਮ ਰੰਗਾਵਲੀ ਮੰਜਵਸੂਲਾ ਬਾਗ ਫਰੀਦਾ ਇਹ ਧਰਤੀ ਬਹੁਤ ਸੋਹਣੀ ਬਹੁਤ ਵਧੀਆ ਹੈ ਰੰਗਾਂ ਦੀ ਭਰੀ ਹੋਈ ਖੁਸ਼ੀਆਂ ਦੀ ਭਰੀ ਹੋਈ ਪਰ ਇਹ ਸਾਡੀ ਸੋਚ ਹੈ ਮੰਜ ਵਸੂਲਾ ਬਾਗ ਕਿ ਅਸੀਂ ਉਸ ਨੂੰ ਜ਼ਹਿਰ ਦੇ ਬਾਗ ਵਾਂਗੂ ਬਣਾ ਲਿਆ ਹੈ। ਉਹਦੇ ਚ ਆਪਣੀ ਗੰਦਗੀ ਆਪਣੇ ਰੋਣੇ ਪਿਟਨੇ ਇੰਨੇ ਘਰ ਦਿੱਤੇ ਕਿ ਇਹ ਜਿਹੜੀ ਧਰਤੀ ਉਹ ਵੀ ਜਿਹੜੀ ਰੰਗਲੀ ਸੀ ਉਹ ਵੀ ਮੈਲੀ ਹੋ ਗਈ। ਪਰ ਜੋ ਜਨ ਪੀਰ ਨਿਵਾਜਿਆ ਪਰ ਜਿਹੜੇ ਉਸ ਮਾਲਕ ਦੇ ਨਾਲ ਜੁੜ ਗਏ ਜਿਨ੍ਹਾਂ ਤੇ ਉਹਦਾ ਗੁਰ ਪ੍ਰਸਾਦ ਵਰਤ ਗਿਆ ਨਾ ਅੰਚ ਨਕਲਾ ਉਹਨਾਂ ਨੂੰ ਕੋਈ ਦੁੱਖ ਨਹੀਂ ਫਰੀਦਾ ਦੁੱਖ ਉਹਨਾਂ ਨੂੰ ਹੈ ਦੁੱਖ ਤਦੇ ਜਾਂ ਵਿਸਰ ਜਾਓ ਜਿਹੜੇ ਪ੍ਰਮਾਤਮਾ ਦੇ ਘਰ ਤੋਂ ਦੂਰ ਹਨ ਜਿਹੜੇ ਨਾਮ ਨਹੀਂ ਜਪਦੇ ਪ੍ਰਮਾਤਮਾ ਦੇ ਘਰ ਤੋਂ ਦੂਰ ਹੈ ਉਹਨਾਂ ਨੂੰ ਦੁੱਖ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤੇ ਗੱਲ ਹੀ ਮੁਕਾ ਦਿੱਤੀ ਉਹ ਕਹਿੰਦੇ ਆਮ ਬੰਦੇ ਦੀ ਗੱਲ ਸੁਣੋ ਛੱਡ ਦਿਓ ਮਾਦੇ ਸੰਤ ਮਹਾਤਮਾ ਪੀਰ ਪਕੰਬਰ ਯੋਗਪੁਰਸ਼ ਵੀ ਦੇਖੇ ਹਨ ਕਿ ਸਮਾਂ ਆਉਂ ਤੇ ਜਦੋਂ ਦੁੱਖ ਪਿਆ ਤੇ ਰੋਣ ਲੱਗ ਪਏ ਗੁਰਨਾਨ ਸਿੰਘ ਬਖਸ਼ਿਸ਼ ਕਰਦੇ ਸਲੋਕ ਮਹੱਲਾ ਪਹਿਲਾ ਮੇਰੇ ਪਿਤਾ ਜੀ ਗੁਰੂ ਨਾਨਕ ਸਾਹਿਬ ਸਹੰਸ ਸਰਦਾਰ ਦੇ ਇੰਦਰ ਰਵਾਇਆ ਪਰਸਰਾਮ ਰੋਏ ਕਰ ਆਇਆ ਹੁਣ ਦੇਖੋ ਕਹਾਣੀਆਂ ਇਤਿਹਾਸਕ ਹਨ ਗੁਰੂ ਨਾਨਕ ਸਾਹਿਬ ਨੇ ਹਿੰਟ ਦਿੱਤਾ ਹੈ ਕਹਿੰਦੇ ਅੱਜ بڑا ਕਲਯੁਗ ਹੈ ਉਦੋਂ ਦੇਖੋ ਸਤਜੁਗ ਦੇ ਵਿੱਚ ਕਲਯੁਗ ਕਿੰਨਾ ਸੀ ਜਿੱਥੇ ਪਰਮੇਸ਼ਰ ਦਾ ਨਾਮ ਭੁੱਲ ਗਿਆ ਉੱਥੇ ਕਲਯੁਗ ਹੈ ਇੱਕ ਘੜੀ ਨਾਮ ਮਿਲ세 ਇੱਕ ਘੜੀ ਦਾ ਵਿਛੋੜਾ ਪ੍ਰਮਾਤਮਾ ਦੇ ਨਾਲੋਂ ਕਲਯੁਗ ਹੈ 인ਦਰ ਦੇਵਤਾ ਕਦੇ ਗੌਤਮ ਰਿਸ਼ੀ ਸੀ ਪੂਰਨ ਮਹਾਤਮਾ ਅਮਰਤ ਵੇਲੇ ਉੱਠ ਕੇ ਸ਼ਨਾਣ ਕਰਕੇ ਸਿਮਰਨ ਕਰਦਾ ਸੀ ਇਹ ਇੰਦਰ ਦੀ ਮਾੜੀ ਨਜ਼ਰ ਉਹਦੀ ਪਤਨੀ ਅਹਲਿਆ ਤੇ ਪੈ ਗਈ ਹੁਣੇ ਚੰਗੇ ਬੰਦੇ ਨਾਲ ਕੋਈ ਜੁੜੇ ਨਾ ਜੁੜੇ ਕੋਈ ਪਾਠ ਕਰ ਰਿਹਾ ਸਿਮਰਨ ਕਰਦਾ ਜ਼ਰੂਰੀ ਨਹੀਂ ਦੂਜਾ ਬੰਦਾ ਬੈਠੇ ਜੇ ਤਾਂ ਖੇਡਦੇ ਹੋਣ ਸ਼ਰਾਬ ਪੀਂਦੇ ਹੋਣ ਤੇ 20 ਬੰਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਕਿਉਂਕਿ ਦੁਸ਼ਟੇ ਕਰੀਦਾ ਦੁਸ਼ਟ ਸਭਾ ਸੰਤੀ ਕੋਈ ਬਹੁਤ ਹੁੰਦਾ ਹੈ ਗੁਰਮੁਖ ਕੋਟਨ ਮੇ ਕਰੋੜਾਂ ਦੇ ਵਿੱਚ ਇੱਕ ਅਦਾ ਕੋਈ ਕਹਿੰਦੇ ਉਹਨੇ ਚੰਦਰਮਾ ਨੂੰ ਭਾਗੀਵਾਲ ਬਣਾ ਲਿਆ ਕੋ ਨਾਨਕ ਸਾਹਿਬ ਕਹਿੰਦੇ ਵੀ ਚੱਲ ਤੂੰ ਮੇਰੇ ਨਾਲ ਚੱਲ ਤੂੰ ਕੁੱਕੜ ਬਣ ਕੇ ਬਾਗ ਦੇ ਦੇ ਪਹਿਲਾਂ ਹੀ ਉਹ ਅਮਰਤ ਵੇਲੇ ਉੱਠਦਾ ਹੈ 1 2 ਵਜੇ 2 1/2 ਵਜੇ ਤੂੰ 11 ਵਜੇ ਬਾਗ ਦੇ ਦੇ ਮੇਰੇ ਮਦਦ ਕਰ ਤੂੰ ਮੇਰਾ ਯਾਰ ਕੁੱਕੜ ਬਾਗ ਦੇ ਦਿੱਤੀ ਗੌਤਮ ਰਿਸ਼ੀ ਵੇਖਦਾ ਭੀ ਅਜੇ ਅਮਰਤ ਵੇਲਾ ਲੱਗਦਾ ਨਹੀਂ ਪਰ ਕੁੱਕੜ ਨੇ ਬਾਗ ਦਿੱਤੀ ਕਿਉਂਕਿ ਪਹਿਲਾਂ ਕੁੱਕੜ ਬਾਗ ਦਿੰਦੇ ਸੀ ਅੱਜ ਲਾਰਮ ਆ ਗਏ ਉਹਦੇ ਕੁੱਕੜ ਨੇ ਬਾਗ ਦੇਣੀ ਸੰਤ ਮਹਾਤਮਾ ਉੱਠ ਜਾਂਦੇ ਸੀ ਜ਼ਿਮੀਂਦਾਰ ਲੋਕ ਉੱਠ ਜਾਂਦੇ ਸੀ ਜਿਨ੍ਹਾਂ ਨੇ ਖੇਤਾਂ ਨੂੰ ਜਾਣਾ ਹੁੰਦਾ ਚਲਾ ਗਿਆ ਨਦੀ ਤੇ ਇਸ਼ਨਾਨ ਕਰਨ ਇਧਰ ਇੰਦਰ ਮਾੜੀ ਨਜ਼ਰ ਨਾਲ ਉਹਦੀ ਕੁਟਿਆ ਚ ਚਲਾ ਗਿਆ ਜੋ ਹੀ ਗੌਤਮ ਰਿਸ਼ੀ ਇਸ਼ਨਾਨ ਕਰਨ ਲੱਗਿਆ ਆਵਾਜ਼ ਆਈ ਉਹ ਗੌਤਮ ਰਿਸ਼ੀ ਅਜੀ ਅਮਰ ਤੇ ਵੇਲਾ ਨਹੀਂ ਹੋਇਆ じゃ ਘਰ ਚਲੇ ਜਾ ਤੇਰੇ ਘਰ ਛਲ ਹੋ ਰਿਆ ਏ ਉੱਥੋਂ ਆਇਆ ਮੁੜ ਕੇ ਭੱਜ ਆਇਆ ਭੱਜ ਆਇਆ ਪਹਿਲਾਂ ਤੇ ਕੁੱਕੜ ਦੇ ਗਿਰਲਾ ਗਿੱਲਾ ਪਰਣਾ ਜਿਹੜਾ ਸੀ ਉਹ ਮਾਰਿਆ ਚੰਦਰਮਾ ਦੇ ਕਹਿੰਦੇ ਅੱਜ ਤੱਕ ਉਹ ਆਪਣਾ ਦਾਗ ਨਹੀਂ ਉਤਾਰ ਸਕਿਆ ਚੰਦਰਮਾ ਦੇ ਉੱਤੇ ਦਾਗ ਹੈ ਉਹ ਚੰਦਰਮਾ ਜਿਹੜਾ ਕਹਿੰਦੇ ਸ਼ਿਵਜੀ ਭਗਵਾਨ ਦੇ ਮੱਥੇ 'ਚ ਹੈ ਤੇ 24 ਘੰਟੇ ਗੰਗਾ ਜਿਹੜੀ ਸ਼ਿਵਜੀ ਦੇ ਸਿਰ 'ਚੋਂ ਵਗਦੀ ਹੈ ਉਹ ਉਹਦੇ ਉੱਤੇ ਪੈਂਦੀ ਹੈ ਪਰ ਉਹਦਾ ਪਾਪ ਇੰਨਾ ਸੀ ਅਜੇ ਕੁੱਕਰ ਬਣ ਕੇ ਬਾਗ ਦਿੱਤੀ ਅੱਜ ਤੱਕ ਉਹਦਾ ਕਲੰਕ ਨਹੀਂ ਉਤਰਿਆ ਗੁਰਬਾਣੀ ਵਿੱਚ ਵੀ ਦਰਜ ਹੈ ਤੇ ਸ਼ਰਾਫ ਦੇ ਦਿੱਤਾ ਉਹ ਕੁੱਕੜ ਉਹ ਚੰਦਰਮਾ ਤੂੰ ਕੁੱਕਰ ਦੇ ਨਾਂ ਨੂੰ ਬਦਨਾਮ ਕੀਤਾ ਹੈ ਜਾ ਕੇ ਨਾ ਕਲਯੁਗ ਦੇ ਵਿੱਚ ਤੂੰ ਬਾਂਗਾ ਦੇਈ ਚੱਲੇਗਾ ਤੇਰੀ ਕੋਈ ਆਵਾਜ਼ ਨਹੀਂ ਸੁਨੇਗਾ ਅੱਜ ਕੌਣ ਕੁੱਕਰ ਦੀ ਆਵਾਜ਼ ਸੁਣਦਾ ਹੈ ਨਾ ਕੁੱਕਰ ਰੇ ਨਾ ਬਾਂਗ ਰਹੀਆਂ ਤੇ ਇੰਦਰ ਨੂੰ ਐਸਾ ਸਰਾਫ ਦੇ ਦਿੱਤਾ ਕਿ ਉਹਦੇ ਸਰੀਰ ਤੇ ਐਸਾ ਰੋਗ ਹੋ ਗਿਆ ਕਹਿੰਦੇ ਜੋ ਅੱਜ ਤੱਕ ਠੀਕ ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਚੰਦਰਮਾ ਵੀ ਰੋ ਰਿਹਾ ਹੈ ਦਾਗੀ ਹੋ ਗਿਆ ਤੇ ਇੰਦਰ ਵੀ ਰੋ ਰਿਹਾ ਹੈ ਸਹੰਸ ਸਰਦਾਨ ਦੇ ਇੰਦਰ ਰੁਆਇਆ ਪਰਸ ਰਾਮ ਰੋਵੇ ਕਰ ਪਰਸਰਾ ਜਿਹਦਾ ਕੋਹਾੜਾ ਬੜਾ ਤਕਣਾ ਸੀ ਮੈਂ ਸੰਕੀਪ ਜੀ ਕਰ ਪਰ ਹੰਕਾਰੀ ਐਸਾ ਹੋ ਗਿਆ ਭਗਵਾਨ ਰਾਮਚੰਦਰ ਜੀ ਨੇ ਉਹਦੀ ਸਾਰੀ ਸ਼ਕਤੀ ਖੋ ਲਈ ਜਿੰਨੀਆਂ ਉਹਦੇ ਕੋਲ ਸ਼ਕਤੀਆਂ ਸੀ ਨਹਿਤਾ ਹੋ ਗਿਆ ਤੇ ਅੱਖਾਂ ਚ ਅਥਰੂ ਲੈ ਕੇ ਰੋ ਰਿਹਾ ਹੈ ਗੋਲਾਨ ਸਿੰਘ ਸਾਹਿਬ ਦੇ ਅਜੇ ਸੋਰੋਵੇ ਪਿਖਿਆ ਖਾਏ ਐਸੀ ਦਰਗੇ ਮਿਲੇ ਸਜਾਏ ਅਜੇ ਰਾਜਾ ਅਜੇ ਇਹਦੇ ਘੋੜਿਆਂ ਦੇ ਤਵੇਲੇ ਦੇ ਵਿੱਚ ਸੀ ਕੋਈ ਮਹਾਤਮਾ ਆ ਗਿਆ ਕਿਤੇ ਗੁੱਸੇ 'ਚ ਹੋਣਾ ਖਿਜਿਆ ਹੋਣਾ ਮਹਾਤਮਾ ਨੇ ਆ ਕੇ ਪਿਖਿਆ ਮੰਗੀ ਕਿ ਰਾਜਾ ਕੁਛ ਦੇ ਖਾਨ ਨੂੰ ਕਹਿੰਦਾ ਮੇਰੇ ਕੋਲ ਤੇ ਲੇਦੀ ਆ ਮੈਂ ਲੇਦੀ ਦੇ ਸਕਦਾ ਉਹ ਕਹਿੰਦਾ ਤਥਾਸੂ ਦੇ ਦੇ ਇਹਨੇ ਗੁੱਸੇ 'ਚ ਉਹ ਲਿੱਦ ਦੀ ਕਈ ਭਰੀ ਜੋ ਵੀ ਸੀ ਸਾਦਰ ਛੋਲੀ ਚ ਪਾ ਦਿੱਤੀ ਰਿਖੀ ਦੇ ਕਹਿੰਦੇ ਉਹ ਲਿੱਦ ਇੰਨੀ ਕੁ ਵਧ ਗਈ ਇਹਦਾ ਪਾਪ ਇੰਨਾ ਕੁ ਵਧ ਗਿਆ ਇੱਕ ਵਾਰੀ ਰਾਜੇ ਅਜਾਕੇ ਦਾ ਉਧਰ ਦੀ ਗਿਆ ਕਹਿੰਦੇ ਮਹਾਤਮਾ ਨਾ ਇਥੇ ਕੋਈ ਘੋੜਾ ਹੈ ਨਾ ਕੋਈ ਰਾਜ ਹੈ ਕੁਟਿਆ ਤੇਰੀ ਹੈ ਇੰਨੀ ਲਿੱਦ ਆਪ ਭੁੱਲ ਗਿਆ ਕਹਿੰਦੇ ਮਹਾਤਮਾ ਕਹਿੰਦੇ ਯਾਦ ਕਰ ਇਹ ਲਿੱਦ ਦੀ ਜਿਹੜੀ ਤੂੰ ਮੈਨੂੰ ਭਿਖਿਆ ਚ ਦਿੱਤੀ ਕਹਿੰਦਾ ਉਹ ਤਾਂ ਥੋੜੀ ਜੀ ਸੀ ਕਹਿੰਦਾ ਵਧ ਗਈ ਵਧ ਗਈ ਤੇ ਮੈਂ ਸੰਖੇਪ ਕਰਾ ਕਹਿੰਦੇ ਅਖੀਰ ਦੇ ਉੱਤੇ ਉਹਨੂੰ ਅਜੇ ਨੂੰ ਉਹ ਲਿੱਦ ਖਾਣੀ ਪਈ ਲਿੱਦ ਨਾਰੇ ਖਾਂਦਾ ਹੈ ਘੋੜਿਆਂ ਦੀ ਲਿੱਦ ਨਾਰੇ ਰੋਂਦਾ ਹੈ ਐਸੀ ਦਰਗ ਮਲੇ ਸਜਾਏ ਕਿਉਂਕਿ ਜਿਹੜਾ ਕਰਮ ਅਸੀਂ ਕਰਨਾ ਹੈ ਪਾਪ ਕਰਨਾ ਹੈ ਚੰਗਾ ਕਰਮ ਕਰਨਾ ਹੈ ਉਹਦਾ ਫਲ ਮਿਲਣਾ ਹੀ ਹੈ ਚੰਗੇ ਦਾ ਚੰਗਾ ਫਲ ਮਾੜੇ ਦਾ ਮਾੜਾ ਫਲ ਬਚ ਨਹੀਂ ਕੋਈ ਸਕਦਾ ਅਜੇ ਸੂਰ ਹੋਵੇ ਰੋ ਰਿਆ ਹੈ ਭਿਖਿਆ ਖਾਏ ਉੱਲੇ ਤੋਂ ਖਾ ਕੇ ਜਿਹੜੀ ਭਿਖਿਆ ਤੇ ਦਿੱਤੀ ਸੀ ਐਸੀ ਦਰਗੇ ਮਿਲੇ ਸਜਾਏ ਮੇਰੇ ਉਹ ਪਿਤਾ ਜੀ ਨੇ ਐਸੀ ਸਜਾ ਦਿੱਤੀ ਕਰਮਾਂ ਦਾ ਫਲ ਦਿੱਤਾ ਰੋਏ RAM ਨਿਕਾਲਾ ਪਿਆ ਸੀਤਾ ਲਖਮਨ ਵਿਚੜ ਗਿਆ ਵਿਚੜ ਗਏ ਹੁਣ ਭਗਵਾਨ RAM ਚੰਦਰ ਜੀ ਤ੍ਰੇਤੇ ਯੁਗ ਦੇ ਯੁਗਪੁਰਸ਼ ਯੋਗਪੁਰਸ਼ ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਦੀਆਂ ਵੀ ਅੱਖਾਂ ਦੇ ਵਿੱਚ ਅਥਰੂ ਆ ਗਏ 14 ਸਾਲ ਦਾ ਬਨਵਾਸ ਮਿਲ ਗਿਆ ਰਾਜ ਭਾਗ ਤੋਂ ਜੰਗਲਾਂ ਦੇ ਵਿੱਚ ਚਲੇ ਗਏ ਨਾਲ ਸਿਰਫ ਪਤਨੀ ਸੀਤਾ ਤੇ ਲక్ష్మణ ਸਿੰਘ ਪਰੰਤੂ ਉਹ ਵੀ ਸੀਤਾ ਨੂੰ ਰਾਵਣ ਚੁੱਕ ਕੇ ਲੈ ਗਿਆ ਤੇ ਲੜਾਈ ਦੇ ਵਿੱਚ ਲక్ష్మణ ਦੀ ਮੂਰષા ਹੋ ਗਈ ਤੇ ਇਕੱਲਾ ਮਹਿਸੂਸ ਕਰਨ ਆਪੇ ਤੇ ਵਰਲਾਪ ਕਰਦੇ ਭਗਵਾਨ ਰਾਮਚੰਦਰ ਜੀ ਕਿ ਹੇ ਮੇਰੀ ਸੀਤਾ ਮੇਰੀ ਪਤਨੀ ਤੂੰ ਵੀ ਮੇਰੇ ਤੋਂ ਵਿਛੜ ਗਈ ਆ ਮੇਰਾ ਭਰਾ ਵੀ ਮੈਨੂੰ ਛੱਡ ਗਿਆ ਮੈਂ ਹੁਣ ਜੰਗਲ ਵਿੱਚ ਕੱਲਾ ਰਹਾ ਗਿਆ ਰੋ ਵੇ ਰਾਮ ਰਾਮਚੰਦਰ ਜੀ ਨਿਕਾਲ ਲਾਪ ਹੈ ਕਿਉਂਕਿ ਨਿਕਲ ਗਿਆ ਸੀ ਘਰੋਂ ਤੇ ਜੰਗਲ ਸੀ ਤੇ ਜੰਗਲ ਚੋ ਸੀਤਾ ਨੂੰ ਰਾਵਣ ਚਾਕੇ ਲੈ ਗਿਆ ਸੀਤਾ ਲక్ష్మణ ਸੀਤਾ ਲਖਮਨ ਵਿਛੜ ਗਿਆ ਵਿਛੜ ਗਏ ਦੋਨੋਂ ਅਕੱਲੇ ਰਹਿਣ ਕਰਕੇ ਉਹਨਾਂ ਦੇ ਨੇਤਰਾਂ ਦੇ ਵਿੱਚ ਵੀ ਭਗਵਾਨ ਰਾਮਚੰਦਰ ਦੇ ਜਲ ਆ ਗਿਆ ਇਹ ਦੁੱਖ ਐਸੀ ਚੀਜ਼ ਹੈ ਬਾਬਾ ਫਰੀਦ ਕਹਿੰਦੇ ਮੈਂ ਤਾਂ ਕਿਹਾ ਮੈਨੂੰ ਹੀ ਆ ਮੈਨੂੰ ਹੀ ਆ ਕਹਿੰਦਾ ਮੈਂ ਤਾਂ ਦੇਖਦਾ ਸਾਰੇ ਸੰਸਾਰ ਨੂੰ ਕੋਈ ਦੇਵੀ ਦੇਵਤਾ ਵੀ ਨਹੀਂ ਬਚਿਆ ਕੋਈ ਯੁੱਗ ਪੁਰਸ਼ ਵੀ ਨਹੀਂ ਬਚਿਆ ਦੁੱਖ ਤੋਂ ਰੋਵੇ ਤੇ ਸਰਲੰਕ ਗਵਾਈ ਕਹਿੰਦੇ ਰਾਮਨ ਦਸਾ ਸਰਦਾ ਮਾਲਕ ਕਹਿੰਦਾ ਉਹ ਵੀ ਰੋ ਰਿਹਾ ਜਿਦੋਂ ਲੰਕਾ ਲੰਕਾ ਖੁਸ਼ ਗਈ ਕਿਉਂਕਿ ਚੋਰੀ ਠੱਗੀ ਦੇ ਨਾਲ ਬੇਈਮਾਨੀ ਨਾਲ ਸੀਤਾ ਚੁੱਕ ਲਿਆ ਸੀ ਉਹ ਉਹਦੇ વિનાਸ਼ ਦਾ ਕਾਰਨ ਬਣਿਆ ਚੌ ਵੇਦਾਂ ਦਾ ਗਿਆਤਾ ਇਨੀ ਤਾਕਤ ਦਾ ਮਾਲਕ ਸੋਨਾ ਦੀ ਲੰਕਾ ਦਾ ਮਾਲਕ ਸੋਨੇ ਦੀ ਲੰਕਾ 1 ਲੱਖ ਪੁੱਤ ਸਵਾ ਲੱਖ ਨਾਤੀ ਤਹ ਰਾਵਣ ਕਰਦੀਆ ਐਡਾ ਵੱਡਾ ਪਰਿਵਾਰ 라ਵਣ ਦਾ ਲੰਕਾ ਸਾ ਕੋਟ ਸੁਮੰਧ ਸੀਖਾਈ ਇੰਡਾ ਵੱਡਾ ਪਰ ਤੈ ਰਾਵਣ ਕਰ ਮੌਤ ਜਦੋਂ ਆਈ ਪਤਾ ਹੀ ਨਾ ਲੱਗਿਆ ਫਿਰ ਹੋ ਰਿਹਾ ਹੈ ਰੋ ਰਿਹਾ ਹੈ ਲੰਕਾ ਵੀ ਗਵਾਚ ਗਈ ਸਭ ਕੁਝ ਗਵਾਚ ਗਿਆ ਪਰਿਵਾਰ ਵੀ ਛੱਡ ਗਿਆ ਜਿਨ ਸੀਤਾ ਆਂਦੀ ਡੋਰੂ ਆਏ ਜਿਨੇ ਇੱਕ ਸਾਧੂ ਦਾ ਭੇਖ ਬਣਾ ਕੇ ਨਿਰਮਲ ਭੇਖ ਬਣਾ ਕੇ ਤੇ ਠੱਗੀ ਦੇ ਨਾਲ ਸੀਤਾ ਨੂੰ ਠੱਗ ਲਿਆਂਦਾ ਸੀ ਅਜਰੋ ਰਿਆ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਰੋਵੇ ਪਾਂਡਵ ਪੈ ਮਜੂਰ ਵਾਹ ਗੁਰੂ ਜੀ ਕਹਿੰਦੇ ਪਾਂਡਵ ਦੇਖੋ ਕ੍ਰਿਸ਼ਨ ਭਗਵਾਨ ਉੱਥੇ ਰਹਿ ਰਿਹਾ ਸੀ ਹਾਜ਼ਰੀ ਸੀ ਪਰ ਇੱਕ ਦਿਨ ਉਹਨਾਂ ਨੂੰ ਰੋਣਾ ਪੈ ਗਿਆ ਜਦੋਂ ਉਹਨਾਂ ਨੂੰ ਅਗਿਆਸ ਵਾਸ ਮਿਲਿਆ ਪੰਜੇ ਪਾਡਵਾਂ ਨੂੰ ਵੱਖਰੇ ਵੱਖਰੇ ਕੰਮ ਕਰਨੇ ਪਏ ਕੋਈ ਵਿਰਾਟ ਰਾਜੇ ਦੇ ਘਰ ਵਿੱਚ ਜਾ ਕੇ ਨੌਕਰੀ ਕਰ ਰਿਹਾ ਹੈ ਕੋਈ ਕਿਸੇ ਨੂੰ ਅਰਜਨ ਵਰਗਾ ਡਾਂਸ ਸਿਖਾ ਰਿਹਾ ਹੈ ਕੋਈ ਘੋੜਿਆਂ ਦੀ ਸੇਵਾ ਕਰ ਰਿਹਾ ਹੈ ਕੋਈ ਕੋਈ ਕਰ ਰਿਹਾ ਹੈ ਕਹਿੰਦੇ ਆ ਕ੍ਰਿਸ਼ਨ ਭਗਵਾਨ ਦੇ ਹੁੰਦਿਆ ਹੋਇਆ ਵੀ ਉਹ ਨੌਕਰਾਂ ਵਾਂਗੂ ਜਿਹੜੇ ਰਾਜੇ ਸਨ ਨੌਕਰਾਂ ਵਾਂਗੂ ਰਹਿ ਰਹੇ ਹਨ ਜੀਵਨ ਬਸਰ ਕਰ ਰਹੇ ਡਰ ਡਰ ਕੇ ਤੇ ਨਾਰੇ ਰੋ ਰਹਿ ਹਨ ਰੋਵੇ ਪਾਂਡੂ ਪਹਿ ਮਜੂਰ ਮਜੂਰੀ ਕਰਨੀ ਪੈਗੀ ਇੱਕ ਰਾਜੇ ਨੂੰ ਮਜੂਰੀ ਕਰਨੀ ਪੈ ਜੇ ਰੋੜੀ ਕੁੱਟਣੀ ਪੈ ਜੇ ਕਿੱਡਾ ਔਖਾ ਹੈ ਜਿਨ ਕੇ ਸੁਆਮੀ ਰਹਿਤ ਹضور ਤੇ ਜਿਨਾਂ ਦਾ ਸੁਆਮੀ ਕ੍ਰਿਸ਼ਨ ਭਗਵਾਨ ਕੋਲ ਰਹਿ ਰਿਹਾ ਉਹ ਵੀ ਕੁਛ ਨਹੀਂ ਕਰ ਸਕਿਆ ਗੁਰੂ ਨਾਨਕ ਸਾਹਿਬ ਕਹਿੰਦੇ ਰੋਵੇ ਜਨਮੇ ਜਾ ਖੋਏ ਗਿਆ ਇਹ ਕੀ ਕਾਰਨ ਪਾਪੀ ਪਿਆ ਜਨਮੇ ਜਾ 18 ਬ੍ਰਾਹਮਣਾਂ ਦੀ ਹੱਤਿਆ ਕਰਨ ਵਾਲਾ ਪਾਪ ਲੱਗਿਆ ਬ੍ਰਾਹਮਣ ਅੱਜ ਕੱਲ ਦੇ ਨਹੀਂ ਉਹ ਬ੍ਰਾਹਮਣ ਜਿਹੜੇ ਪੂਰੇ ਸਾਨੂੰ ਨਾਮ ਦੇ ਰਸੀਏ ਪੂਰੇ ਜੁੜੇ ਹੋਏ ਉਹਨਾਂ ਦੀ ਹੱਤਿਆ ਕਰ ਦਿੱਤੀ ਹੰਕਾਰ ਵਿੱਚ ਆ ਕੇ ਤੇ ਪਾਪ ਲੱਗਿਆ ਬਹੁਤ ਵੱਡਾ ਕਿਸੇ ਨੇ ਕਿਹਾ ਮਹਾਭਾਰਤ ਦੀ ਕਥਾ ਸੁਣ ਤੇਰਾ ਪਾਪ ਉਤਰ ਜਾਏਗਾ ਹੁਣ ਮਾਂ ਭਾਰ ਦੀ ਕਥਾ ਸੁਣਦਾ ਸੁਣਦਾ ਵੀ ਸ਼ੱਕ ਕਰ ਬੈਠਾ ਤੇ ਐਸੀ ਸ਼ੱਕ ਕਰ ਬੈਠਾ ਵੀ ਉਹ ਕੋਰ ਉਥੇ ਦਾ ਉਥੇ ਰਹਿ ਗਿਆ ਉਤਰਿਆ ਨਹੀਂ ਕੁੜੀ ਹੋਇਆ ਜਨਵੇਜਾ ਵੀ ਰੋ ਰਿਆ ਹੈ ਇਹ ਕੀ ਕਾਰ ਹੱਤਿਆ ਦੇ ਕਾਰਨ ਬ੍ਰਾਹਮਣ ਦੀ ਹੱਤਿਆ ਦੇ ਕਾਰਨ ਪਾਪਾਂ ਦਾ ਭਾਗੀ ਬਣ ਗਿਆ ਰੋਵੇ ਸ਼ੇਖ ਮਜਾ ਇਕ ਪੀਰ ਰੂਹੇ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਗੇ ਨਾ ਪੀਰ ਕਹਿੰਦੇ ਇਹ شیخ ਸੰਤ ਬਾਤਮਾ ਵੱਡੇ ਵੱਡੇ ਔਲੀਏ ਕਹਿੰਦੇ ਇਹ ਵੀ ਰੋੜ ਹੈ ਹਰ ਕਿ ਇਹ ਜੀਵਨ ਤੇ ਠੀਕ ਹੈ ਇਹ ਨੋਵੇ ਆਖਰੀ ਸਵਾਸ ਵੇਲੇ ਸਾਨੂੰ ਦੁੱਖ ਦੁੱਖ ਘੇਰ ਲੈਣ ਦੁੱਖਾਂ ਤੋਂ ਡਰਦੇ ਇਹ ਵੀ ਰੋੜ ਹੈ ਕਾਬਰੇ ਹੋਏ ਹਰ ਅੰਤ ਕਾਲ ਮਤ ਲਾਗੇ ਭੀੜ ਕਿ ਜੇ ਅੰਤਕਾਲ ਵੇਲੇ ਆਖਰੀ ਸਵਾਸ ਵੇਲੇ ਸਰੀਰ ਨੂੰ ਕੋਈ ਦੁੱਖ ਬਿਪਤਾ ਹੀ ਨਾ ਪੈ ਜਾਵੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਦੱਸੋ ਕੋਈ ਬਚਿਆ ਰੋਵੇ ਰਾਜੇ ਕੰਨ ਪੜਾਏ ਘਰ ਕਰ ਮੰਗੇ ਪੀਖਿਆ ਖਾਏ ਪਰ ਸ੍ਰੀ ਤੇ ਗੋਪੀ ਚਦ ਵਰਗੇ ਰਾਜੇ ਹੋਣ ਦੇ ਬਾਵਜੂਦ ਗੋਰਖ ਨਾਥ ਦੇ ਚੇਲੇ ਬਣ ਗਏ ਤੇ ਗੋਰਖਨਾਥ ਨੇ ਕੰਨ ਪਾੜ ਕੇ ਵੱਡੀਆਂ-ਵੱਡੀਆਂ ਮੁੰਦਰਾ ਪਾਤੀਆਂ ਕੰਨਾਂ ਚ ਜੋਗੀਆਂ ਦੀ ਦਿੱਖ ਦੇ ਵੱਡੀਆਂ-ਵੱਡੀਆਂ ਮੁੰਦਰਾ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਨ ਦਾਤੇ ਸੀ ਜਿਨ੍ਹਾਂ ਨੂੰ ਉਹ ਰੋਟੀ ਭੋਜਨ ਦਿੰਦੇ ਸੀ ਪਬਲਿਕ ਨੂੰ ਪਾਲਦੇ ਸੀ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਮੰਗਣ ਜਾ ਰਹੇ ਰੋਟੀਆਂ ਜਿਨ੍ਹਾਂ ਨੂੰ ਰੋਟੀਆਂ ਖਵਾਉਂਦੇ ਸੀ ਲੰਗਰ ਲਾਉਂਦੇ ਸੀ ਆਪਣੀ ਪਬਲਿਕ ਨੂੰ ਪਾਲ ਰਹੇ ਸੀ ਰਾਜਾ ਪ੍ਰਥਵੀ ਵਰਗੇ ਗੋਪੀ ਚੰਦ ਵਰਗੇ ਅੱਜ ਗੋਰਖਨਾਥ ਦੇ ਪਿੱਛੇ ਲਾ ਕੇ ਕਰਨ ਪੜਵਾਖੇ ਹੱਥ 'ਚ ਠੂਠਾ ਫੜਿਆ ਹੈ ਤੇ ਜਿਨ੍ਹਾਂ ਨੂੰ ਰੋਟੀਆਂ ਖਾਉਂਦੇ ਸੀ ਉਹਨਾਂ ਦੇ ਘਰੋਂ ਹੀ ਰੋਟੀ ਮੰਗਣ ਜਾ ਰਹੇ ਰੋ ਰੇ ਉੱਚੀ ਉੱਚੀ ਕਿ ਪ੍ਰਮਾਤਮਾ ਕੈਸਾ ਤੇਰਾ ਨਿਆ ਹੈ ਕਿੱਥੇ ਅਸੀਂ ਅਨਦਾਦੇ ਤੋਂ ਬਣਾ ਦਿੱਤਾ ਅੱਜ ਤੂੰ ਪਖਾਰੀ ਬਣਾ ਦਿੱਤਾ ਰੋਵੇ ਰਾਜੇ ਰਾਜੇ ਸੀ ਨਾ ਕੰਨ ਪੜਾਏ ਭਾਰਤ ਦੇ ਕੰਨ ਮੁੰਦਰਾ ਪਾਦਤੀਆਂ ਗੋਰਖਨਾਥ ਨੇ ਕਰ ਕਰ ਮੰਗਿਆ ਪੀਖਿਆ ਖਾਏ ਕਾਰਕਾਰ ਚ ਮੰਗੇ ਫਿਰਦੇ ਬਾਗੇ ਭੀਖਿਆ ਬੁਖਾਰੀ ਬਣ ਗਏ ਰੋਵੇ ਕਿਰਪਨ ਸੰਚੇ ਤਨ ਜਾਏ ਪੰਡਤ ਰੋਵੇ ਗਿਆਨ ਗੁਆਏ ਕੰਜੂਸ ਦਾ ਧਨ ਚਲੇ ਜਾਏ ਕੰਜੂਸ ਆਦਮੀ ساری ਜ਼ਿੰਦਗੀ ਧਨ ਜੋੜੀ ਜਵੇ ਜੋੜੀ ਜਾਵੇ ਚੋੜੀ ਜਾ ਤੇ ਪਤਾ ਲੱਗੇ ਕੋਈ ਘਾਟਾ ਪੈ ਗਿਆ ਬਿਜ਼ਨਸ ਵਿੱਚ ਪਤਾ ਲੱਗੇ ਕੋਈ ਚੋਰੀ ਕਰਕੇ ਲੈ ਗਿਆ ਸਾਰੀ ਜ਼ਿੰਦਗੀ ਧਨ ਜੋੜਿਆ ਤੇ ਉਹ ਆਪਣਾ ਨਾ ਬਣਿਆ ਤੇ ਉੱਚੀ ਉੱਚੀ ਤਹਾ ਮਾਰ ਕੇ ਰੋ ਰਿਹਾ ਰੋਵੇ ਕਿਰਪਨ ਕੰਜੂਸ ਆਦਮੀ ਜਿਹੜਾ ਕਿਸੇ ਨੂੰ ਕੋਈ ਮਰੀ ਜੂ ਵੀ ਨਹੀਂ ਦਿੰਦਾ ਸਿਰ ਦੀ ਪੰਡਤ ਰੋਵੇ ਗਿਆਨ ਗਵਾਏ ਤੇ ਜਿਹੜਾ ਕੋਈ ਗਿਆਨੀ ਪੁਰਸ਼ ਹੋਵੇ ਪੰਡਤ ਹੋਵੇ ਉਹਦਾ ਗਿਆਨ ਖਤਮ ਹੋ ਜਾਏ ਕਿਸੇ ਕਾਰਨ ਕਰਕੇ ਭ੍ਰਸਟ ਹੋ ਜਾਏ अजामल पंडित ਸੀ ਮੇਰਾ ਦੇ ਸਰ 라वण ਚੋਂ ਵੇਦਾ ਦਾ ਗਿਆਤਾ ਸੀ ਇੱਕ ਲੱਤ ਤੇ ਤਪੱਸਿਆ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰਨ ਵਾਲਾ ਐਸੇ ਹੀ ਹੋਰ ਪੰਡਤ ਗਿਆਨੀ ਮਹਾਂਪੁਰਸ਼ ਜੋ ਕਿਸੇ ਕਾਰਨ ਕਰਕੇ ਕਿਸੇ ਕਾਰਨ ਕਰਕੇ ਕੋਈ ਮਾੜਾ ਕਰਮ ਆ ਗਿਆ ਪ੍ਰਸ਼ਟ ਹੋ ਗਏ ਗੁਰਨਾਨ ਸਿੰਘ ਕਹਿੰਦੇ ਉਹ ਵੀ ਉੱਚੀ-ਉੱਚੀ ਰੋਂਦੇ ਹਨ ਉਹ ਵੀ ਰੋਂਦੇ ਹਨ ਬਾਲੀ ਰੋਵੇ ਨਾਹੀਂ ਪਤਾਰ ਬੱਚੀ ਰੋ ਰਹੀ ਹੈ ਕਿ ਉਹਦਾ ਪਤੀ ਨਹੀਂ ਹੈ ਕੋਈ ਰੋ ਰਹੀ ਹੈ ਉਹਨੂੰ ਛੱਡ ਕੇ ਚਲਾ ਗਿਆ ਕੋਈ ਰੋ ਰਹੀ ਹੈ ਉਹ ਮਰ ਗਿਆ ਕਹਿੰਦੇ ਜਿਹਦਾ ਪਤੀ ਨਹੀਂ ਹੈ ਕਾਰਨ ਕੁਛ ਵੀ ਹੈ ਛੱਡ ਕੇ ਚਲਾ ਗਿਆ ਜਾਂ ਮਰ ਗਿਆ ਜਾਂ ਕੀ ਹੋਇਆ ਕਹਿੰਦੇ ਉਹ ਵੀ ਉੱਚੀ-ਉੱਚੀ ਰੋ ਰਹੀ ਹੈ ਦੁੱਖ ਦੇ ਵਿੱਚ ਤੇ ਮੈਂ ਪਛੀਤਾ ਬੇਨਾਂ ਕਿ ਮੇਰਾ ਉਹ ਜੋ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ ਨਾਨਕ ਦੁਖੀ ਆ ਸਭ ਸੰਸਾਰ ਕਹਿੰਦੇ ਨਾਨਕ ਇਹ ਸੰਸਾਰ ਸਾਰਾ ਦੁਖੀ ਹੈ ਤਾਹ ਮਾਰਿਆ ਹੈ ਬਾਬਾ ਫਰੀਦ ਦੇ ਕਹਿਣ ਲਗੂ ਮੈਂ ਤੇ ਆਪਣੇ ਆਪ ਨੂੰ ਹੀ ਦੁਖੀ ਸਮਝਦਾ ਸੀ ਦੁਨੀਆ ਦੇ ਲੋਕੋ ਇਹ ਤੇ ਸਾਰਾ ਸੰਸਾਰ ਹੀ ਦੁਖੀ ਹੈ ਮੰਨੇ ਨਾ ਉਸ ਸੋਈ ਜਨ ਜਾ ਕਹਿੰਦੇ ਜਿਹੜਾ ਉਹਦੇ ਨਾਮ ਦੇ ਨਾਲ ਜੁੜ ਜਾਂਦਾ ਸੋਈ ਜਨ ਜਾਏ ਔਰੀ ਕਰਮ ਨ ਲੇਖੇ ਲਾਇ ਕਿਉਂਕਿ ਨਾਮ ਤੋਂ ਬਿਨਾਂ ਤੇ ਕੋਈ ਜਿਤ ਹੀ ਨ ਸਦਾ ਸੰਸਾਰ ਚ ਬਾਜੀ ਹਾਰ ਕੇ ਹੀ ਜਾਏਗਾ ਇਨਾਂ ਦੁੱਖਾਂ ਦੇ ਵਿੱਚ ਕਿਰਸੀਆ ਆਦਮੀ ਦੁਖੀ ਹੈ ਨਾ ਕਿਉਂਕਿ ਨਾਮ ਨਹੀਂ ਜਪਦਾ ਜਿਹੜੇ ਨਾਮ ਜਪਦੇ ਹਨ ਉਹਨਾਂ ਦੀ ਸੂਲੀਆਂ ਦੀ ਕਿਸੇ ਨੂੰ ਸੂਲ ਹੀ ਮਿਲਦੀ ਹ ਹੈ ਦੁੱਖ ਕਟਿਆ ਜਾਂਦਾ ਸੂਲ ਰਹਿ ਜਾਂਦੀ ਛੋਟਾ ਜਿਹਾ ਕੰਡਾ ਬਾਕੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਬਾਬਾ ਫਰੀਦ ਕਹਿੰਦੇ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਹ ਅੱਗ ਘਰ ਘਰ ਅੱਗ ਲੱਗੀ ਹੋਈ ਪਰ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਫਰੀਦਾ ਇਹ ਸੰਸਾਰ ਤੇ ਬਹੁਤ ਸੋਨਾ ਹੈ ਇਨੂੰ ਅਸੀਂ ਲੋਕਾਂ ਨੇ ਗੰਧਲਾ ਜ਼ਰੀਲਾ ਬਣਾ ਦਿੱਤਾ ਇਹ ਵਿਸ ਸੰਸਾਰ ਤੁਮ ਦੇਖਤੇ ਇਹ ਉਹ ਹਰਕਾਰ ਰੂਪ ਹੈ ਹਰ ਰੂਪ ਨਜ਼ਰ ਆਇਆ ਇਹ ਤੇ ਪ੍ਰਮਾਤਮਾ ਦਾ ਹੈ ਪ੍ਰਮਾਤਮਾ ਦਾ ਘਰ ਹੈ ਪ੍ਰਮਾਤਮਾ ਦਾ ਰੂਪ ਹੈ ਪਰ ਅਸੀਂ ਜ਼ਰੀਲਾ ਬਣਾ ਦਿੱਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਰ ਹੈਨ ਅਜੇ ਵੀ ਜੋ ਜਨ ਪੀਰ ਨਵਾਜਿਆ ਜਿਹੜੇ ਰਾਤ ਨੇ ਕਰਦੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਿਹੜੇ ਰਾਤ ਦਿਨ ਜਪਦੇ ਜਪਦੇ ਨਾਮ ਜਪਦੇ ਤਿਰਨਾ ਅੰਚ ਨ ਲਾਗ ਉਹਨਾਂ ਨੂੰ ਕੋਈ ਅੰਚ ਨਹੀਂ ਲਾਦਾ ਪੂਰਾ ਸੇਕ ਨਹੀਂ ਲੱਗ ਸਕਦਾ ਕਿਉਂ ਨਹੀਂ ਲੱਗ ਸਕਦਾ ਕਿਉਂਕਿ ਆਪੇ ਪਨ ਸਭ ਆਪ ਕਰਾਇ ਪਨ ਵੀ ਸਭ ਕੁਝ ਤੇ ਆਪ ਹੀ ਹੈ ਦੁੱਖ ਦੇਣ ਵਾਲਾ ਵੀ ਆਪ ਸੁੱਖ ਦੇਣ ਵਾਲਾ ਵੀ ਆਪ ਪਾਪ ਵੀ ਪਾਪਾਂ ਦੀ ਸਜ਼ਾ ਦੇਣ ਵਾਲਾ ਵੀ ਆਪ ਬਖਸ਼ਣ ਵਾਲੇ ਵੀ ਆਪ ਗਰੀਬਾਂ ਦੀ ਬਾਹ ਫੜਨ ਵਾਲਾ ਵੀ ਆਪ ਗਰੀਬ ਨਿਵਾਜ ਆਪੇ ਪੁੱਨ ਸਭ ਆਪ ਕਰਾਏ ਉਹ ਆਪ ਕਰਉਂਦਾ ਹੈ। ਬੰਦੇ ਦੇ ਵਾਸਤੁ ਕੁਛ ਨਹੀਂ। ਆਪ ਅਲਿਪਤ ਵਰਤੀ ਜੇ ਤੇ ਆਪ ਹੀ ਲੋਪੋ ਕੇ ਬਹਿ ਗਿਆ ਅੰਦਰ। ਸੰਸਾਰ ਨੂੰ ਲਿਪਤ ਕਰ ਦਿੱਤਾ ਚੰਗੇ ਮਾੜੇ ਕਰਮਾਂ ਦੇ ਵਿੱਚ ਤੇ ਆਪ ਉਹਦੇ ਅੰਦਰ ਹੀ ਸਾਡੇ ਅੰਦਰ ਲਿਪਤ ਹੋ ਕੇ ਬਹਿ ਗਏ ਗੁਰੂ ਨਾਨਕ ਸਾਹਿਬ। ਸਾਨੂੰ ਫੁਰਨੀਆਂ ਦੇ ਵਿੱਚ ਲਾ ਦਿੱਤਾ ਆਪ ਉਫਰ ਹੋ ਕੇ ਅੰਦਰ ਲੋਕ ਕੇ ਬਹਿ ਕੇ ਵੀ ਜਿਹੜਾ ਕੋਈ ਪੀਰ ਨਵਾਜੂਗਾ ਪੰਜਵੇਂ ਪਾਤਸ਼ਾਹ ਕਹਿੰਦੇ ਆਪੀ ਦੁੱਖਾਂ ਤੋਂ ਬਚ ਜਿਓ ਜਿਹੜਾ ਅੰਦਰ ਝਾਤੀ ਮਾਰ ਕੇ ਪ੍ਰਮਾਤਮਾ ਨੂੰ ਖੋਜ ਲਏਗਾ ਬਾਣੀ ਕਹਿੰਦੀ ਨਾ ਖੋਜ ਦਿਲ ਹਰ ਰੋਜ ਹਰ ਰੋਜ ਕਰ ਸਿਮਰ ਕਿਉਂ ਪਰੇਸ਼ਾਨੀਆਂ ਚ ਤੁਰਿਆ ਫਿਰਦਾ ਕਰ ਸਿਮਰ ਜੁੜ ਪ੍ਰਮਾਤਮਾ ਦੇ ਨਾਮ ਦੇ ਨਾਲ ਫਿਰ ਆਪੇ ਸੁਖ ਦੁਖ ਦੇਵੇ ਕਰਤਾ ਵਾਹਿਗੁਰੂ ਜੀ ਦੁਖ ਵੀ ਉਹਦੇ ਸੁਖ ਵੀ ਉਹਦੇ ਚੰਗਾ ਵੀ ਮਾੜਾ ਚੰਗਾ ਵੀ ਉਹਦਾ ਮਾੜਾ ਵੀ ਉਹਦਾ ਪੈਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੈਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਹੁਣ ਕੌਣ ਆਖੇ ਕਿ ਇੱਕ ਪਖਾਰੀ ਨੂੰ ਚੁੱਕ ਕੇ ਰਾਜਾ ਬਣਾ ਦੇ ਰਾਜੇ ਨੂੰ ਚਾਕੇ ਪਖਾਰੀ ਮੂਰਖ ਨੂੰ ਪੰਡਤ ਕਰ ਦਿੱਤਾ ਪੰਡਤ ਨੂੰ ਮੂਰਖ ਬਣਾਤਾ ਤਾਂ ਕਿ ਇਹਦੇ ਪੰਡਤ ਰੋਵੇ ਗਿਆਨ ਗਵਾਏ ਰੋਂਦਾ ਫਿਰ ਵਿਚਾਰਾ ਪੰਡਤ ਕੀ ਕਰੇ ਜਦੋਂ ਤਾਂ ਗਿਆਨ ਹੀ ਖੋ ਲਿਆ ਆਪੇ ਸੁਖ ਦੁਖ ਦੇਵੇ ਕਰਤਾ ਆਪੇ ਬਖਸ਼ ਕਰੀ ਜੇ ਤੇ ਆਪ ਹੀ ਬਖਸ਼ਸ਼ ਦੇਣ ਵਾਲਾ ਹੈ ਆਪ ਹੀ ਦੁੱਖਾਂ ਚੋਂ ਕੱਢ ਕੇ ਸੁੱਖਾਂ ਚ ਪਾਉਣ ਵਾਲਾ ਹੈ ਸੋ ਬਾਬਾ ਫਰੀਦ ਕਹਿੰਦੇ ਇਹ ਜਗਾ ਦੁੱਖ ਹੈ ਨਾ ਇਹ ਦੁੱਖ ਸੁਖ ਜਿਹੜੇ ਹਨਾ ਦੁੱਖ ਸੁਖ ਦੇ ਇਹ ਦਰ ਕਪੜੇ ਪਹਿਰੇ ਜਾਏ ਮਨੁੱਖ ਕਿਹਦੇ ਦੇ ਕਪੜੇ ਆ ਗਰਮੀਆਂ ਆਈਆਂ ਸੀ ਠੰਡੇ ਪਾ ਲੇ ਸਰਦੀਆਂ ਆਈਆਂ ਸੀ ਗਰਮ ਕਪੜੇ ਪਾ ਲੇ ਇਸ ਕਰਕੇ ਨਾ ਦੁੱਖਾਂ ਤੋਂ ਘਬਰਾਓ ਨਾ ਮੱਸੀਆਂ ਨੇ ਸਾਰੀ ਰਾਤ ਰਹਿਣਾ ਹਮੇਸ਼ਾ ਰਹਿਣਾ ਮੱਸੀਆ ਤੋਂ ਬਾਅਦ ਪੂਰਨਮਾਸ਼ੀ ਆਉਣੀ ਹੈ ਹਮੇਸ਼ਾ ਪੂਰਨਮਾਸੀ ਨੇ ਨਹੀਂ ਰਹਿਣਾ ਪੂਰਨਮਾਸੀ ਤੋਂ ਬਾਅਦ ਬਸਿਆ ਵੀ ਹੋਣੀ ਹੈ ਦੁੱਖ ਤੋਂ ਬਾਅਦ ਸੁਖ ਹੋਣਾ ਹੈ ਸੁਖ ਤੋਂ ਬਾਅਦ ਦੁੱਖ ਹੋਣਾ ਹੈ ਇਹ ਆਲਟਰਨੇਟਿਵ ਚੱਲੇ ਜਾਣੇ ਹਨ ਕਿਉਂਕਿ ਕੱਪੜੇ ਹਨ ਦੁੱਖ ਸੁਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਤੇ ਬੋਲ ਨਹਾਰੀਏ ਦਿੱਤੇ ਚੰਗੀ ਚੁੱਪ ਜਿੱਤੇ ਸਾਡੇ ਬੋਲ ਹਾਰ ਜਾਣ ਅਸੀਂ ਕੁਝ ਕਰ ਨਾ ਸਕੀਏ ਫਿਰ ਉਹਦੀ ਰਜ਼ਾ ਵਿੱਚ ਰਜੋ ਪੇ ਚੰਗਾ ਕੀਤਾ ਤਾਂ ਵੀ ਠੀਕ ਹੈ ਮਾੜਾ ਕੀਤਾ ਤਾਂ ਵੀ ਠੀਕ ਹੈ ਸੋਨਾ ਬਣਾਇਆ ਤਾਂ ਵੀ ਠੀਕ ਹੈ ਬਦਸੂਰਤ ਬਣਾਇਆ ਤਾਂ ਵੀ ਠੀਕ ਹੈ ਦੁੱਖ ਦਿੱਤਾ ਤਾਂ ਵੀ ਠੀਕ ਹੈ ਸੁਖ ਦਿੱਤਾ ਤਾਂ ਵੀ ਠੀਕ ਹੈ ਸੋ ਉਹਦੀ ਰਜ਼ਾ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸੰਸਾਰ ਸੁੰਦਰ ਹੈ ਪਰ ਕਈ ਵਾਰੀ ਅਸੀਂ ਆਪਣੀਆਂ ਗਲਤੀਆਂ ਕਰਮਾਂ ਕਰਕੇ ਅਸੀਂ ਨੂੰ ਗੰਧਲਾ ਕਰ ਦਿੰਦੇ ਹਾਂ ਵਿਸਪੜਿਆ ਕਰ ਦਿੰਦੇ ਹਾਂ ਸੋ ਰਾਤ ਨੇ ਸਿਮਰਨ ਕਰੋ ਤਾਂ ਕਿ ਨਾ ਦੁੱਖਾਂ ਤੋਂ ਸਾਨੂੰ ਛੁਟਕਾਰਾ ਹੋ ਸਕੇ ਤੇ ਉਹ ਹੈ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੀ ਦੁਕਾਨ ਖੁੱਲਦੀ ਦੁਕਾਨ ਖੁੱਲਣ ਵੇਲੇ ਅਸੀਂ ਜਦੋਂ ਉੱਥੇ ਬੈਠੇ ਹੋਵਾਂਗੇ ਸੌਦਾ ਮਿਲ ਹੀ ਜਾਵੇਗਾ ਸੋ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਹੋਈਆਂ ਬੇਨਤੀ ਪੁੱਲਾਂ ਦੀ ਮਾਫੀ ਆਓ ਗੱਜ-ਵੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ